ਮੈਂ ਸੱਦਾ ਦਿੰਦਾ ਹਾਂ ਡਾਕਟਰ ਮਾਨ ਸਿੰਘ ਜੀ ਤੂਰ ਕਿ ਉਹ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਡਾਕਟਰ ਮਾਨ ਸਿੰਘ ਜੀ ਤੂਰ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਦੋ ਗੱਲਾਂ ਮੈਨੂੰ ਹੁਕਮ ਹੋਇਆ, ਇੱਕ ਤਾਂ ਫੋਟੋਗ੍ਰਾਫੀ ਬਾਰੇ, ਕਿਉਂਕਿ ਸੰਧੂ ਸਾਹਿਬ ਨੇ ਦੱਸਿਆ ਕਿ 2012 'ਚ ਅਸੀਂ ਕਿੱਥੇ ਮੀਟਿੰਗ ਕਰਕੇ ਸੋਚਿਆ ਸੀ ਬਾਈ ਚਾਂਸ, ਉਦੋਂ ਇਹਨਾਂ ਨੇ ਇੱਕ ਗਰੁੱਪ ਇਕੱਠਾ ਕੀਤਾ ਸੀ ਸਾਰੇ ਇਕੱਠੇ ਹੋਏ ਕਿ ਅਸੀਂ ਕੋਈ ਵੱਖਰਾ ਕਰਨਾ ਚਾਹੁੰਦੇ ਹਾਂ ਗੁਰਦੁਆਰਾ ਸਾਹਿਬ 'ਚ। ਉਦੋਂ ਇਹ ਵਿਚਾਰ ਹੋਈ ਕਿ ਗੁਰਦੁਆਰੇ ਇਕੱਲੇ ਅਸੀਂ ਭੋਗ ਪਾਉਣ ਲਈ, ਆਨੰਦ ਕਾਰਜਾਂ ਲਈ ਇਹਦੇ ਲਈ ਕਰ ਲਏ, ਇਹਨਾਂ ਦਾ ਮਕਸਦ ਹੋਰ ਵੀ ਸੀਗਾ। ਜਦੋਂ ਸਕੂਲ ਕਾਲਜ ਨਹੀਂ ਸੀ, ਵਿੱਦਿਆ ਦਾ ਕੇਂਦਰ ਵੀ ਹੁੰਦਾ ਸੀ, ਸਾਡੀ ਸਿਹਤ ਦਾ ਕੇਂਦਰ ਵੀ ਹੁੰਦਾ ਸੀ, ਕਿਉਂ ਨਾ ਅਸੀਂ ਦੁਬਾਰਾ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਉਹਦੇ ਉਪਰਾਲੇ ਸੀ ਇਹ ਕਿ ਜੇ ਅਸੀਂ ਫੁੱਲਾਂ ਦਾ ਕੰਪੀਟੀਸ਼ਨ ਕਰਾਵਾਂਗੇ, ਬੱਚਿਆਂ ਦੀ ਕ੍ਰੀਏਟਿਵ ਰਾਈਟਿੰਗ ਦਾ ਕਰਾਵਾਂਗੇ, ਪੇਂਟਿੰਗ ਦਾ ਕਰਾਵਾਂਗੇ, ਤਾਂ ਬੱਚੇ ਗੁਰਦੁਆਰਾ ਸਾਹਿਬ ਆਉਣਗੇ, ਉਹ ਕੁਛ ਹੋਰ ਚੀਜ਼ਾਂ ਵੀ ਸਿੱਖਣਗੇ। ਬਹੁਤ ਸੋਹਣੇ ਅਸੀਂ ਪੇਂਟਿੰਗ ਮੁਕਾਬਲੇ ਕਰਾਏ ਹੈ, ਹੋਰ ਸਕੂਲਾਂ 'ਚ ਜਾ ਕੇ ਕਰਾਏ ਹੈ, ਇੱਥੇ ਫੋਟੋਗ੍ਰਾਫੀ ਦੇ ਕਰਾਉਂਦੇ ਹਾਂ। ਬੱਚਿਆਂ ਦਾ ਰੁਝਾਨ ਬਹੁਤ ਵਧੀਆ, ਬੱਚਿਆਂ ਦੀ ਕਿਰਤਾਂ ਬਹੁਤ ਵਧੀਆ, ਬੱਚਿਆਂ ਦਾ ਕੰਮ ਬਹੁਤ ਵਧੀਆ, ਅੱਛਾ ਲੱਗਦਾ ਹੈ। ਹਰ ਵਾਰੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਚੇਂਜ ਕਰੀਏ, ਥੋੜ੍ਹਾ ਜਿਹਾ ਫਰਕ ਪਾ ਕੇ ਦੇਖੀਏ, ਤਾਂ ਕਿ ਬੱਚਿਆਂ 'ਚ ਕੋਈ ਰੁਚੀ ਪੈਦਾ ਹੋ ਜਾਵੇ ਕਿ ਉਹ ਇੱਧਰਲੇ ਪਾਸੇ ਨੂੰ, ਸਾਰਥਕ ਸੋਚ ਵਾਲੇ ਪਾਸੇ ਨੂੰ ਚੱਲਣ, ਇਸ ਰਸਤੇ 'ਤੇ ਥੋੜ੍ਹਾ ਜਿਹਾ ਤੁਰਨ, ਤਾਂ ਕਿ ਕਿਉਂਕਿ ਆਉਣ ਵਾਲਾ ਟਾਈਮ ਉਹਨਾਂ ਨੇ ਸਾਹਮਣਾ, ਜੋ ਕੁਛ ਅਸੀਂ ਅੱਜ ਕਰ ਰਹੇ ਹਾਂ ਕੱਲ੍ਹ ਨੂੰ ਉਹਨਾਂ ਦੇ ਹੱਥਾਂ 'ਚ ਆਉਣਾ। ਸੋ ਇਹਨਾਂ ਰਸਤਿਆਂ 'ਤੇ ਉਹਨਾਂ ਨੇ ਤੁਰਨਾ, ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਥੋੜ੍ਹਾ ਬਹੁਤਾ ਜਿੰਨਾ ਕੁ ਕਰ ਸਕਦੇ ਹਾਂ ਬੱਚਿਆਂ ਨੂੰ ਉਸ ਰਾਹ 'ਤੇ ਤੋਰੀਏ। ਅੱਜ ਵੀ ਅਸੀਂ ਫੋਟੋਗ੍ਰਾਫੀ ਦੇ 4 ਥੀਮ ਦਿੱਤੇ ਸੀ ਉਮਰ ਦੇ ਹਿਸਾਬ ਨਾਲ। ਸਭ ਤੋਂ ਛੋਟੀ ਉਮਰ ਵਾਲਿਆਂ ਨੂੰ ਦਿੱਤਾ ਸੀ ਬਿਊਟੀ ਇਨ ਕਲਰਸ, ਕਿ ਰੰਗਾਂ ਦੀ ਖੂਬਸੂਰਤੀ, ਤਾਂ ਕਿ ਉਹਨਾਂ ਨੂੰ ਬਾਹਲਾ ਨਾ ਹੋਵੇ, ਰੰਗ ਦਿਸਦੇ ਆ ਫੋਟੋ ਖਿੱਚਰ, ਬਹੁਤ ਹੀ ਖੂਬਸੂਰਤ ਫੋਟੋਸ। ਜਿਹੜਾ ਉਦੋਂ ਅਗਲਾ ਗਰੁੱਪ ਸੀ ਉਹਨੂੰ ਅਸੀਂ ਦਿੱਤਾ ਬਿਊਟੀ ਇਨ ਕੰਟਰਾਸਟ, ਚਾਹੇ ਉਹ ਕੰਟਰਾਸਟ ਰੰਗਾਂ ਦਾ ਹੈ, ਚਾਹੇ ਉਹ ਕੰਟਰਾਸਟ ਕੋਈ ਹੋਰ ਚੀਜ਼ ਦਾ ਹੈ, ਉਹਦੇ 'ਚ ਬਖਰੇਵੇਂ 'ਚੋਂ ਬਿਊਟੀ ਲੱਭੋ, ਕਿਵੇਂ ਲੱਭ ਸਕਦੇ ਹੋ। ਤੀਜਾ ਗਰੁੱਪ ਜਿਹੜਾ 21 ਸਾਲ ਤੱਕ ਦਾ ਸੀ ਉਹਨਾਂ ਨੂੰ ਅਸੀਂ ਦਿੱਤਾ ਸੀ ਬਿਊਟੀ ਇਨ ਹਾਰਮੋਨੀ, ਕਿ ਸਾਡੇ ਕੋਲ ਰੰਗ ਨੇ, ਕਿੰਨੀ ਤਰ੍ਹਾਂ ਦੇ ਫੁੱਲ ਨੇ, ਹਾਰਮੋਨਾਈਜ਼ ਕਰਕੇ ਦੇਖੋ ਬਿਊਟੀ ਕਿਵੇਂ ਕ੍ਰੀਏਟ ਕਰਨੀ ਹੈ। ਬਹੁਤ ਅੱਛੇ ਵਰਕ ਸੀ ਉਹਨਾਂ ਦਾ ਵੀ, ਬਹੁਤ ਕੰਪੀਟੀਸ਼ਨ ਸੀਗਾ। ਅਤੇ 21 ਸਾਲ ਤੋਂ ਉੱਪਰ ਜਿਹੜੇ ਬੱਚੇ ਸੀ ਉਹਨਾਂ ਨੂੰ ਅਸੀਂ ਦਿੱਤਾ ਸੀ ਬਿਊਟੀ ਇਨ ਪੈਟਰਨ, ਕਿ ਫੁੱਲ ਦਾ ਇੱਕ ਪੈਟਰਨ ਹੈ, ਪੱਤੇ ਦਾ ਪੈਟਰਨ ਹੈ, ਪੈਟਰਨ ਮਿਲਾਏ ਜਾ ਸਕਦੇ ਹੈ। ਉਹਦੇ 'ਚ ਵੀ ਬਹੁਤ ਪਾਰਟੀਸਪੇਸ਼ਨ ਸੀ, ਇਹ ਬਹੁਤ ਅੱਛਾ ਕੰਮ ਸੀ, ਕਿਉਂਕਿ ਇਹਦੇ 'ਚ ਬੱਚੇ ਨੂੰ ਸੋਚਣ ਦਾ ਮੌਕਾ ਮਿਲਦਾ। ਪੇਂਟਿੰਗ ਸਾਰੇ ਬੱਚੇ ਨਹੀਂ ਕਰ ਸਕਦੇ, ਫੋਟੋਗ੍ਰਾਫੀ ਅੱਜ ਕੱਲ੍ਹ ਇੰਨੀ ਸੌਖੀ ਹੋ ਗਈ ਹੈ ਕਿ ਜੇ ਤੁਸੀਂ ਥੋੜ੍ਹਾ ਜਿਹਾ ਦਿਮਾਗ ਲਗਾਓ ਤਾਂ ਬਹੁਤ ਵਧੀਆ ਚਿੱਤਰ ਬਣਾਏ ਜਾ ਸਕਦੇ ਨੇ। ਅਤੇ ਸਾਡੇ ਕੋਲ ਬਹੁਤ ਵਧੀਆ ਕਲੈਕਸ਼ਨ ਹੈ, ਪਿਛਲੇ ਸਾਲਾਂ ਦੀ ਕਲੈਕਸ਼ਨ ਅਸੀਂ ਉੱਥੇ ਲਾਈ ਹੋਈ ਹੈ। ਹੁਣ ਇਹ ਸੋਚਿਆ ਵੀ ਹਰ ਸਾਲ ਦੀਆਂ ਫੋਟੋਆਂ ਦਾ ਕੱਢ ਕੇ ਉਹਦੇ 'ਚ ਐਡ ਕਰੀ ਜਾਵਾਂਗੇ, ਅਤੇ ਤਾਂ ਕਿ ਆਉਣ ਵਾਲੇ ਟਾਈਮ 'ਚ ਬੱਚਿਆਂ ਨੂੰ ਲੱਗੇ ਕਿ ਕਿਹੋ ਜਿਹਾ ਕੰਮ ਜਿਹੜਾ ਸੀ ਹੁੰਦਾ ਸੀ, ਅਤੇ ਰਿਜ਼ਲਟ ਉਹਦੇ ਤਿਆਰ ਨੇ। ਹੁਣ ਦੂਜਾ ਜਿਹੜਾ ਹੁਕਮ ਮੈਨੂੰ ਹੋਇਆ ਕਿ ਪੰਜਾਬ ਦੀ ਕਿਸਾਨੀ ਬਾਰੇ, ਕਿਉਂਕਿ ਮੈਂ ਆਪ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਮੈਂ ਵੀ ਹਲ ਵਾਹਿਆ, ਟਰੈਕਟਰ ਚਲਾਇਆ, ਥੋੜ੍ਹੀ ਬਹੁਤੀ ਖੇਤੀ ਕੀਤੀ ਹੈ, ਜ਼ਿਆਦਾ ਨਹੀਂ ਕੀਤੀ, ਪਰ ਉਹਦੇ 'ਤੇ ਅਸੀਂ PAU 'ਚ ਕਾਫੀ ਕੰਮ ਕੀਤਾ। ਮੈਂ ਜਿਹੜੇ ਹੁਣ ਸਾਡੇ ਮੁਖੀ ਨੇ ਸੁਖਪਾਲ ਸਿੰਘ, ਮੈਂ ਅਤੇ ਸੁਖਪਾਲ ਨੇ ਕਰਜ਼ਿਆਂ 'ਤੇ ਕਾਫੀ ਕੰਮ ਕੀਤਾ, ਫੂਡ ਸਿਕਿਉਰਿਟੀ 'ਤੇ ਮੈਂ ਕਾਫੀ PhDਆਂ 3-4 ਕਰਾਈਆਂ, ਕਰਜ਼ੇ 'ਤੇ ਕਰਾਈਆਂ, ਅਤੇ ਫਾਰਮਰ ਸੁਸਾਈਡ ਦੇ ਉੱਤੇ ਵੀ ਸਰਵੇ ਕੀਤੇ, ਵਰਕ ਕੀਤਾ, ਪਿੰਡਾਂ 'ਚ ਗਏ। ਅਤੇ ਡਾਕਟਰ ਸਾਹਿਬ ਦੀ ਗੱਲ 100% ਸੱਚ ਹੈ ਕਿ ਕਿਸਾਨ ਯੂਨੀਅਨ ਨਾਲ ਬਹੁਤ ਮੀਟਿੰਗਾਂ ਗੱਲਾਂ ਹੋਈਆਂ ਕਿ ਕਰਜ਼ਾ ਇੱਕ ਕਾਰਨ ਤਾਂ ਹੋ ਸਕਦਾ, ਸਾਰਾ ਸੁਸਾਈਡ ਕਰਜ਼ੇ ਕਰਕੇ ਨਹੀਂ ਹੈ। ਪਰ ਕਈ ਵਾਰ ਖਬਰਾਂ ਪੜ੍ਹ ਕੇ ਮਨ ਇੰਨਾ ਦੁਖੀ ਹੁੰਦਾ ਕਿ 2 ਏਕੜ ਫਾਰਮਰ ਕੋਲ ਜ਼ਮੀਨ ਹੈ, 30 ਲੱਖ ਦਾ ਕਰਜ਼ਾ। ਹੁਣ ਦੱਸੋ, 2 ਏਕੜ ਵਾਲਾ ਫਾਰਮਰ 30 ਲੱਖ ਦਾ ਕਰਜ਼ਈ ਖੇਤੀ ਕਰਜ਼ੇ ਨਾਲ ਕਿਵੇਂ ਹੋ ਗਿਆ? ਆ 2-3 ਮਹੀਨਿਆਂ ਦੀ ਗੱਲ, ਇੱਕ ਖਬਰ ਆਈ ਸੀ ਕਿਸੇ ਬੰਦੇ ਦੀ ਕਿ ਜੀ ਮੈਂ ਲੜਕੀ ਨੂੰ ਬਾਹਰ ਭੇਜਣ ਲਈ 50 ਲੱਖ ਦਾ ਲੋਨ ਲੈ ਲਿਆ, ਲੜਕੀ ਦਾ ਵਿਆਹ ਕਰਤਾ, ਹੁਣ ਲੜਕੀ ਛੱਡਤੀ, ਉਹ ਸੁਸਾਈਡ ਕਰ ਗਿਆ। ਹੁਣ ਦਿਸ ਇਜ਼ ਨੋਟ ਏ ਫਾਰਮਰ ਸੁਸਾਈਡ, ਵਿਜ਼ ਨੋਟ ਏ ਡਿਊ ਟੂ ਡੈਟ। ਅਸੀਂ ਆਪਣੀਆਂ ਇਛਾਵਾਂ ਜਿਹੜੀਆਂ ਨੇ ਮੇਰੇ ਖਿਆਲ 'ਚੋਂ ਕੁਛ ਹੋਰ ਬਣਾ ਲਈਆਂ ਨੇ, ਜਿਹੜਾ ਸਾਡਾ ਰਹਿਣ ਸਹਿਣ ਹੈ ਅਸੀਂ ਉਹ ਬਦਲ ਲਿਆ।
ਡਰਸਮ ਤੋਂ ਯਾਦ ਹੈ ਕਿ ਆਮ ਹੁੰਦੇ ਸੀ ਕਿ ਜੱਟ ਨੂੰ ਆਪਦੀ ਕਿਰਤ ਬਚਦੀ ਹੈ। ਹੁਣ ਜਦੋਂ ਅਸੀਂ ਕਿਰਤ ਛੱਡਤੀ, ਤੁਸੀਂ ਕਿਸੇ ਪਿੰਡ ਚਲੇ ਜਾਓ, ਮੈਂ ਰੱਖੜੀ ਵੇਲੇ, ਕਿਉਂਕਿ ਮੇਰੇ ਤਿੰਨ ਸਿਸਟਰਸ ਹੈ, ਚੌਥੀ ਮੇਰੀ ਕਜ਼ਨ ਸਿਸਟਰ ਹੈ, ਮੈਂ ਅਤੇ ਮੇਰੇ ਵਾਈਫ ਰੱਖੜੀ ਵੇਲੇ ਅਗਸਤ 'ਚ ਸਤੰਬਰ ਜਦੋਂ ਵੀ ਹੈ ਪਿੰਡ ਗਏ ਰੱਖੜੀ ਬਣਾਉਣ। 11 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਚਾਰਾਂ ਫੈਮਿਲੀਆਂ 'ਚ ਗਏ, ਔਰ ਚਾਰਾਂ ਫੈਮਿਲੀਆਂ ਦੇ ਬੰਦੇ ਏਸੀ ਚਲਾ ਕੇ ਘਰੇ ਸੁੱਤੇ ਸੀ, ਔਰ ਚਾਰਾਂ ਦੇ ਘਰ ਖੇਤ ਲੇਬਰ ਲੱਗੀ ਹੋਈ ਸੀ। ਮੈਂ ਪੁੱਛਿਆ ਵੀ ਉਹ ਲੇਬਰ, ਉਹ ਕਹਿੰਦੇ ਉਹਨਾਂ 'ਚ ਇੱਕ ਬੰਦਾ ਵਾਧੂ ਰੱਖਿਆ, ਉਹ ਆ ਕੇ ਚਾਹ ਪਾਣੀ ਲੈ ਜੂਗਾ। ਹੁਣ ਤੁਸੀਂ ਦੱਸੋ ਜੇ ਪਿੰਡ ਦੇ ਵਿੱਚ ਵੀ ਅਸੀਂ ਖੇਤੀ ਦਾ ਕੰਮ ਬਿਲਕੁਲ ਹੀ ਛੱਡਤਾ, ਜਾਂ ਕਹਿ ਲਓ ਵੀ ਬਹੁਤ ਹੀ ਘੱਟ ਕਰ ਲਿਆ, ਤਾਂ ਸਾਨੂੰ ਜਿਹੜੀ ਉਹ ਕਿਰਤ ਬਚਦੀ ਹੈ ਉਹ ਨਹੀਂ ਬਚਦੀ। ਦੂਜਾ, ਵੇਲ ਸਾਨੂੰ ਜ਼ਿਆਦਾ ਤੰਗ ਕਰਦੀ ਹੈ, ਖਰਚ ਹਮੇਸ਼ਾ ਵਿਹਲਾ ਆਦਮੀ ਕਰਦਾ, ਕਿਉਂਕਿ ਉਹਨੂੰ ਕੰਮ ਹੈ ਨਹੀਂ, ਸ਼ਹਿਰ ਚਲਾ ਗਿਆ, ਘੁੰਮਣ ਚਲਾ ਗਿਆ, ਰਿਸ਼ਤੇ, ਜੇ ਕੰਮ ਹੋਵੇ ਬੰਦਾ ਕਿਤੇ ਨਹੀਂ ਜਾਂਦਾ। ਸੋ ਇਹ ਚੀਜ਼ਾਂ ਵੱਲ ਸਾਨੂੰ ਜ਼ਰੂਰ ਸੋਚਣਾ ਪੈਣਾ, ਸਾਨੂੰ ਆਪਦਾ ਜੀਵਨ ਢੰਗ ਜਿਹੜਾ ਉਹ ਬਦਲਣਾ ਪੈਣਾ। ਜਿੰਨਾ ਚਿਰ ਉਹ ਨਹੀਂ ਬਦਲਦੇ, ਮੇਰੇ ਖਿਆਲ ਡਾਕਟਰ ਸਾਹਿਬ ਆਊ ਕਿ ਸੁਸਾਈਡ ਨੂੰ ਰੋਕ ਨਹੀਂ ਸਕਦੇ। ਜੇ ਗਰੀਬੀ ਨਾਲ ਹੀ ਬੰਦਾ ਮਰਦਾ ਹੋਵੇ, ਤੁਸੀਂ ਰਾਤ ਨੂੰ 12 ਕੁ ਵਜੇ ਦੇਖਿਓ, ਫਿਰੋਜ਼ਪੁਰ ਰੋਡ ਮੰਦਿਰ ਦੇ ਕੋਲੇ, ਰੇਲਵੇ ਲਾਈਨਾਂ ਦੇ ਕੋਲੇ, ਸੜਕ ਦੇ ਵਿਚਾਲੇ ਜਿਹੜਾ ਡਿਵਾਈਡਰ ਆ, ਉੱਥੇ ਲੋਕ ਸੁੱਤੇ ਪਏ ਆ, ਜਿਨ੍ਹਾਂ ਕੋਲ ਰਹਿਣ ਨੂੰ ਨਹੀਂ, ਉਹ ਤਾਂ ਮਤਲਬ ਇੱਕ ਦਿਨ ਵੀ ਨਹੀਂ ਜਿਉਣੇ ਚਾਹੀਦੇ ਫਿਰ। ਸੋ ਸਾਨੂੰ ਇਹ ਚੀਜ਼ਾਂ ਵੱਲ ਬਹੁਤ ਧਿਆਨ ਨਾਲ ਸੋਚਣਾ ਪੈਣਾ, ਐਜੂਕੇਟ ਕਰਨਾ ਪੈਣਾ। ਅਤੇ ਸ਼ਾਇਦ ਤੁਸੀਂ ਪੜ੍ਹੀ ਹੋਵੇ, ਮੇਰੇ ਖਿਆਲ 'ਚ ਮਹੀਨਾ ਕੁ ਹੋ ਗਿਆ, ਇੱਕ ਖਬਰ ਆਈ ਸੀ ਕਿ ਆਪਣੇ ਸੁਨਾਮ ਵਾਲੇ ਊਧਮ ਸਿੰਘ ਦਾ ਤੀਜੀ ਜਾਂ ਚੌਥੀ ਪੀੜ੍ਹੀ 'ਚ ਕਿਸੇ ਬੱਚੇ ਨੇ ਸੁਸਾਈਡ ਕੀਤਾ ਕਿ ਮੈਨੂੰ ਨੌਕਰੀ ਨਹੀਂ ਮਿਲੀ। ਮੈਨੂੰ ਦੁੱਖ ਉਸ ਬੱਚੇ ਦੇ ਘੱਟ ਆ, ਵੀ ਇਹ ਕਵੀ ਇਹ ਉਹ ਖੂਨ ਉਸ ਖੂਨ 'ਚੋਂ ਹੈ ਜਿਹਨੇ ਸਭ ਕੁਛ ਮਿਲਿਆ ਮਿਲਾਇਆ ਛੱਡ ਕੇ ਵੀ ਆਜ਼ਾਦੀ ਲਈ ਕੰਮ ਕੀਤਾ, ਅਤੇ ਅਸੀਂ ਅੱਜ ਇੱਕ ਨੌਕਰੀ ਨਾ ਮਿਲਣ ਕਰਕੇ ਮਰ ਰਹੇ ਹਾਂ, ਕੰਮ ਕਿਉਂ ਨਹੀਂ ਕਰ ਰਹੇ? ਸੋ ਸਾਨੂੰ ਹੱਥੇ ਹੀ ਕੰਮ ਕਰਨ ਵਾਲੇ ਪਾਸੇ ਆਉਣਾ ਪੈਣਾ। ਅਪਰਚੁਨਿਟੀਆਂ ਬਹੁਤ ਨੇ, ਬਹੁਤ ਕੰਮ ਨੇ ਜਿਹੜੇ ਕੀਤੇ ਜਾ ਸਕਦੇ ਆ, ਔਰ ਬਹੁਤ ਥੋੜ੍ਹਾ ਪੈਸਾ ਲਾ ਕੇ ਕੀਤੇ ਜਾ ਸਕਦੇ ਆ। ਹੁਣ ਸਾਡੇ ਬੱਚਿਆਂ 'ਚ ਇੱਕੋ ਹੀ ਰਹਿ ਗਿਆ ਕਿ ਅਸੀਂ ਬਾਹਰ ਜਾਣਾ, ਉੱਥੇ ਜਾ ਕੇ ਸਾਰਾ ਕੁਛ ਕਰਨਾ, ਇੱਥੇ ਕੁਛ ਨਹੀਂ ਕਰਨਾ। ਸੋ ਸਾਡੀ ਇਹ ਬਹੁਤ ਬਦਕਿਸਮਤੀ ਹੈ ਕਿ ਹਾਂ ਬੱਚੇ ਜਾਣ ਬਾਹਰ, ਪੜ੍ਹ ਲਿਖ ਕੇ ਜਾਣ, ਲਾਇਕ ਹੋ ਕੇ ਜਾਣ, ਇਹ ਨਾ ਹੋਵੇ ਕਿ ਉੱਥੇ ਇਲੀਗਲ ਵੀ ਜਾ ਰਹੇ ਆ ਅਤੇ ਉੱਥੇ ਉਹ ਕੰਮ ਕਰ ਰਹੇ ਆ ਜਿਹੜਾ ਉਰੇ ਵੀ ਕਰਨ ਦਾ ਬਹੁਤ ਸ਼ਰਮ ਆਵੇ ਪਰ ਉੱਥੇ ਨਹੀਂ ਆਉਂਦੇ। ਸੋ ਅਸੀਂ ਜਿਹੜੀ ਕਮੇਟੀ ਬਣਾਈ ਹੈ ਉਹਦੇ 'ਚ ਅਸੀਂ ਸਾਰਾ ਕੁਛ ਲੱਭਾਂਗੇ, ਪਿੰਡਾਂ 'ਚ ਜਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਐਜੂਕੇਟ ਕਰ ਸਕੀਏ, ਇਸ ਪਾਸੇ ਵੱਲ ਤੋਰ ਸਕੀਏ, ਹੰਬੜਾ ਮਾਰਾਂਗੇ। ਬਾਕੀ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।